ਅਸਲਾਮ ਵਾਲੇਕੁਮ ਨਾਜ਼ਰੀਨ, ਕੀ ਹਾਲ ਚਾਲ? ਠੀਕ ਠਾਕ ਹੋ? ਸਾਰੀ ਖੈਰ ਖਰੀਅਤ ਆ ਬਾਈ? ਘੈਂਟ ਹੋ? ਅੱਛਾ, ਦਾਤੀ ਵਲੋਗ 'ਤੇ ਤੁਹਾਡਾ ਵੈਲਕਮ ਕਰਦੇ ਹਾਂ ਸਾਰਿਆਂ ਦਾ। ਅਤੇ ਵਲੋਗ ਆਪਾਂ ਸ਼ੁਰੂ ਕਰਦੇ ਹਾਂ। ਚਾਚੇ ਕੇ ਰੂੜੀ ਨਹੀਂ ਰੂੜੀ ਹੁੰਦੀ, ਰੂੜੀ ਢਵਾਉਣ ਡਿਆ ਸੀਗਾ, ਮੱਝਾਂ ਕਪੜਨ ਦੀਆਂ। ਹੜ ਜਾਓ ਬੱਚੋ, ਆਹ ਬਿਸਮਿਲ੍ਲਾ। ਵਾਲੇਕੁਮ ਸਲਾਮ, ਸੁਣਾਓ ਕੰਮ ਕੁੰਮ ਕਰ ਰਹੇ ਹੋ? ਪਾਣੀ ਪੂਣੀ ਪੀਤਾ ਹੋਇਆ? ਕੋਈ ਨਹੀਂ ਪੀਤਾ। ਤੇ ਰੋਟੀ ਦਾ ਜੋ ਟਾਈਮ ਹੋ ਗਿਆ, ਰੋਟੀ ਦਾ ਜੋ ਟਾਈਮ ਹੋ ਗਿਆ, ਰੋਟੀ ਦਾ ਟਾਈਮ ਨਾਲ ਕਹੀਦਾ ਹੁੰਦਾ ਭੁੱਖ ਭੁੱਖ ਜੀ ਲੱਗਿਆ ਹੈ। ਰੋਟੀ ਦਾ ਟਾਈਮ ਹੋ ਗਿਆ, ਉਹਨਾਂ ਨੂੰ ਆਖ ਦਿੱਤੀ, ਉਹਨਾਂ ਦਾ ਪਕਾ ਜਾਵਾ ਹੈ। ਆ ਜਾਂਦੀ ਹੈ ਲੂੰਬੀਏ, ਜਾਣਦੀ ਲੂੰਬੀ ਹੈ। ਖੋਤਾ ਵੇਖ, ਚੈੱਕ ਕਰਾ ਉਹਨੂੰ, ਖੋਤਾ ਚੈੱਕ ਕੀ? ਚੈੱਕ ਆ, ਬੰਬੂ ਕਾਰਡ ਜੁੜਿਆ ਹੋਇਆ। ਹਾਂ, ਤੇ ਵੱਡਾ ਰੇੜਾ ਛੋਟਾ ਲਗਾ ਸਾਹ ਲੈ ਕੇ ਹੈ। ਹਾਂ ਹਾਂ, ਬਸ ਆਰਾਮ ਨਾਲ ਹੀ ਅਸੀਂ ਕਿਤੇ ਜਾਂਦੇ ਯਾਰ ਕੰਮ। ਤੇ ਹੋਰ ਸਭ ਘੈਂਟ ਆ? ਰੱਬ ਸੋਹਣੇ ਦੀ ਗਰੀਬ ਕੌਮ ਸੀਗੀ, ਇਹਨਾਂ ਪਿਆਰ ਕਰਿਆ ਕਰੋ, ਠੀਕ ਆ। ਮਾੜਿਆਂ ਨੂੰ ਗਲ ਨਾ ਲਾਇਆ ਕਰੋ, ਮੀਰਾਂ ਚ ਕੁਛ ਨੀ ਲੱਭਦਾ, ਸਹੀ ਹੈ ਨਾ। ਗਰੀਬਾਂ ਕੋਲ ਦੁਆ ਲੱਭਦੀ ਹੈ, ਦੁਆ ਲਿਆ ਕਰੋ, ਖਾਸ ਕਰਕੇ ਦੁਆ ਗਰੀਬਾਂ ਕੋਲ ਲਿਆ ਕਰੋ। ਇਹ ਤਿਲ ਕੱਢੇ ਹੋਏ, ਤਿਲਾਂ ਦੀ ਕਾਸ਼ਤ ਹੋ ਰਹੀ ਆ, ਠੀਕ ਆ। ਅਤੇ ਕਣਕਾਂ ਬਿਲਕੁਲ ਖਤਮ ਹੋ ਗਈਆਂ ਹੋਈਆਂ, ਹੁਣ ਕਣਕਾਂ ਦਾ ਸੀਨ ਬਿਲਕੁਲ ਫਿਨਿਸ਼। ਅਤੇ ਇਹ ਕਿਹਦੀ ਖੜੀ ਆ ਰੇੜੀ? ਕਿਆ ਬੋਲ ਬੋਲਦਾ ਨੀ? ਹਾਂ, ਤੇਰੀ ਖੈਰ ਬੋਲਿਆ ਸ਼ਹਿਜ਼ਾਦਾ ਬੱਬਰ ਸ਼ੇਰ, ਪਿਆਰ ਕਰਿਆ ਕਰੋ ਜਾਨਵਰਾਂ ਨਾਲ ਵੀ। ਇਹ ਚੀਜ਼ ਹੁੰਦੀ ਆ ਯਾਰ, ਇਹ ਚਾਚੇ ਕੇ ਤਿਲ ਕੱਢੇ ਪਏ, ਉਹ ਰੂੜੀ ਮੁੰਡਾ ਢਾਉਣ ਡਿਆ ਆ, ਰੂੜੀ ਉੱਥੇ ਸਾਹਮਣੇ ਆ ਰਹੀ ਆ, ਢੇਰੀ ਲੱਗੀ ਆਉਂਦੀ ਆ, ਠੀਕ ਆ। ਇਹ ਚਰੀ ਕੱਢੀ ਹੋਈ ਆ, ਠੀਕ ਆ। ਅਤੇ ਬਾਕੀ ਦੇਖੋ, ਠੰਡੀਆਂ ਹਵਾਵਾਂ ਚੱਲ ਰਹੀਆਂ, ਮਜ਼ੇ ਲਓ, ਉੱਟੋ ਮਜ਼ੇ, ਕਿਆ ਮੌਸਮ ਆ ਯਾਰ। ਇਹ 2.5 ਕਿੱਲੇ ਸਾਰੇ ਆਪਾਂ ਤੇਲ ਸਾਰੇ ਕੱਢ ਦਿੱਤੇ ਆ, ਅੱਲਾ ਸ਼ੁਕਰ ਆ। ਅਤੇ ਆਹ ਖੇੜਾਂ ਜਿੰਨੇ ਵੀ ਬੈਡਸ ਬਣਾਏ ਗਏ ਨਾ, ਇਹ ਚੌੜੀਆਂ ਚੌੜੀਆਂ ਖੇੜਾਂ, ਇੱਥੇ ਭਿੰਡੀ ਲਾਈ ਗਈ ਆ, ਠੀਕ ਆ। ਅਤੇ ਕਰੇਲੇ ਲਾਏ ਗਏ ਆ, ਉਸ ਤੋਂ ਬਾਅਦ ਉਹ ਅੱਗੇ ਲੋਭੀ ਆ, ਬੀਜ ਦੇਖੀਏ ਉੱਗਿਆ ਕਿ ਨਹੀਂ ਉੱਗਿਆ। ਉਹ ਮਾਸ਼ਾਅੱਲਾ ਮਾਸ਼ਾਅੱਲਾ, ਕਮਾਲਾ ਹੋ ਗਿਆ ਬੱਬਰ ਸ਼ੇਰ, ਰੱਬ ਸੁਣੇ ਦਾ ਕਰਮ ਡਾਢਾ ਹੋ ਗਿਆ ਮਾਸ਼ਾਅੱਲਾ। ਤਿੰਨਾਂ ਚੌਂ ਦਿਨਾਂ ਦੇ ਵਿੱਚ ਬੀਜ ਮਾਸ਼ਾਅੱਲਾ ਤਾਂ ਆ ਗਿਆ ਬੂਟੇ ਬਣ ਕੇ। ਹੁਣ ਕਰੇਲੇ ਵੇਖਦੇ ਹਾਂ, ਕਰੇਲੇ ਖੈਰ ਸੁੱਖ, ਖੈਰ ਸੁੱਖ ਮਾਸ਼ਾਅੱਲਾ, ਕਰੇਲੇ ਬਣ ਗਏ ਆ। ਕਰੇਲੇ ਦਾ ਬੀਜ ਹਲੇ ਵੀ ਉੱਤੇ ਖੜੋਤਾ ਹੋਇਆ, ਵਾਹ ਬਈ ਵਾਹ, ਬਾਹਰ ਨਿਕਲ ਕੇ ਆ ਗਿਆ ਸੀਗਾ। ਹੈ ਜੀ, ਆ ਗਈਆਂ ਆਪਣੀਆਂ ਲੋਬੀਆ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅਲਹਮਦੁਲਿਲਾ। ਅੱਛਾ ਬਾਈ, ਵੀਡੀਓ ਚੰਗੀ ਲੱਗੀ, ਵਲੋਗ ਚੰਗਾ ਲੱਗਾ, ਲਾਈਕ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਅਤੇ ਤੁਹਾਡੇ ਪਿਆਰ ਮੁਹੱਬਤਾਂ ਵਾਲੀ ਆਪਾਂ ਇਹ ਚੀਜ਼ ਬਣਾਈ ਆ। ਅਤੇ ਬਾਕੀ ਲਵ ਯੂ ਹੋ ਗਿਆ ਸਾਰਿਆਂ ਨੂੰ, ਜਿਉਂਦੇ ਵਸਦੇ ਰਹੋ, ਅੱਲਾ ਤੁਹਾਡਾ ਅਤੇ ਮੇਰਾ ਸਭ ਦਾ ਨਿਗਹਿਬਾਨ, ਅੱਲਾ।